ਗਾਈਸ ਥੋੜਾ ਸੋ ਤਾਂ ਬੜੀ ਖੋਲ ਲਕਸਾ ਗਿਆ ਮੇਰਾ ਸਾਰੇ ਵਧੀਆ ਹੋ ਗਏ ਬਾਬੇ ਤੁਹਾਨੂੰ ਪਤਾ ਸੀ ਕੱਲ ਮੈਨੂੰ ਹੋਇਆ ਸੀ ਆਈ ਫਲੂ ਠੀਕ ਆ ਆ ਵੇਖ ਲਓ ਅੱਖ ਨੂੰ ਠੀਕ ਆ ਪਤਾ ਨਹੀਂ ਯਾਰ ਹੋਇਆ ਉਹ ਜ਼ਿਆਦਾ ਨਹੀਂ ਯਾਰ ਕਿਉਂਕਿ ਅੱਜ ਤਾਂ ਦਵਾਈ ਲੈ ਕੇ ਆਵਾਂਗੇ ਨਾਲੇ ਠੀਕ ਆ ਅਤੇ ਗਾਈਸ ਹੁਣ ਤਾਂ ਮੈਂ ਐਨਕਾਂ ਲਾ ਕੇ ਵਲੋਗ ਸਟਾਰਟ ਕਰਦਾ ਯਾਰ ਮੈਨੂੰ ਵਧੀਆ ਨਹੀਂ ਲੱਗਾ ਐਨਕਾਂ ਪਾ ਕੇ ਵਲੋਗ ਸਟਾਰਟ ਕਰਨਾ ਸੋ ਗਾਈਸ ਯਾਰ ਹੁਣ ਮੈਂ ਮੱਝਾਂ ਨੂੰ ਪਾਣੀ ਢੋਣ ਲੱਗਾ ਮੇਰੇ ਸਟਾਈਲ ਮੈਂ ਮੱਝਾਂ ਨੂੰ ਪਾਣੀ ਢੋਣ ਲੱਗਾ ਚਲ ਤੁਸੀਂ ਇੰਜੋਏ ਕਰੋ ਬਈ ਚਲੋ ਪਾਣੀ ਢੋਣੇ ਆ ਨਾਲੇ ਨਾ ਗਾਈਸ ਆ ਵੇਖੋ ਮੈਂ ਨਾ ਕਈ ਲੈ ਕੇ ਲੱਗਾ ਰਿਹਾ ਸੀਗਾ ਨੈੱਟ ਸੈੱਟ ਕਰਨ ਜਦ ਮੈਂ ਆਹ ਅਟੈਕ ਲੈਣ ਹੋ ਗਈ ਠੀਕ ਆ ਅਤੇ ਆਹ ਵੇਖੋ ਗਾਈਸ ਮੈਂ ਨੈੱਟ ਵਿੱਚੋਂ ਕਰਤਾ ਸੀਗਾ ਅਤੇ ਆਹ ਵਧੀਆ ਤਾਂ ਫਾਊਲ ਹੋ ਜਾਂਦਾ ਹੁੰਦਾ ਤੁਹਾਨੂੰ ਵੀ ਪਤਾ ਹੋਣਾ ਠੀਕ ਆ ਅਤੇ ਅਟੈਕ ਲੈਣ ਦੇ ਪਿੱਛੇ ਠੀਕ ਆ ਇੱਥੋਂ ਸਰਵਿਸ ਕਰਾਂਗੇ ਆਹ ਲੈਣ ਤੋਂ ਆਹ ਵੇਖੋ ਸਰਵਿਸ ਠੀਕ ਆ ਅਤੇ ਇਹਨੂੰ ਨਾ ਮੈਂ ਵਧੀਆ ਤਰ੍ਹਾਂ ਪੂਰਾ ਕਈ ਨਾਲ ਅੱਜ ਸ਼ਾਮ ਨੂੰ ਪੂਰਾ ਇਹਨੂੰ ਸੈੱਟ ਕਰ ਦਾਂਗਾ ਕਿ ਜਿਹਦੇ ਨਾਲ ਬੈਸਟ ਹੋ ਜਾਵੇ ਸੋ ਆਹ ਹੁਣ ਸ਼ੁਰੂ ਕਰਦੇ ਹਾਂ ਗਾਈਸ ਰੋਕ ਉਤਾਰਿਆ ਇਹਨੂੰ ਵੀ ਨਵਾ ਦਾਂਗਾ ਇੱਧਰ ਆ ਕੇ ਬੈਠਾ ਹੋਇਆ ਛਾਂ 'ਚ ਸੋਹਣਾ ਇਹਦੇ ਤਾਂ ਮੈਂ ਤਾਂ ਪੱਲੀ ਪਾ ਦਾਂਗਾ ਇਹਦੇ ਉੱਤੇ ਕਿ ਇਹਨੂੰ ਨਾ ਯਾਰ ਧੁੱਪ ਨਾ ਲੱਗੇ ਜੁਲਾਈ ਅਗਸਤ ਜੀ ਆ ਗਈ ਆ ਦਸੰਬਰ ਤੱਕ ਤਿੰਨ ਚਾਰ ਮਹੀਨਿਆਂ ਨੂੰ ਜਾਂ ਦੋ ਕੁ ਮਹੀਨਿਆਂ ਨੂੰ ਇਹਨੇ ਸੈੱਟ ਹੋ ਜਾਣਾ ਬਸ ਠੰਡਾ ਠੰਡਾ ਮੌਸਮ ਰਹਿ ਜਾਣਾ ਹੋਰ ਮਹੀਨੇ 'ਚ ਹੀ ਹੋਣ ਲੱਗ ਪੈਣਾ ਠੰਡਾ ਠੰਡਾ ਮੌਸਮ ਮਤਲਬ ਇੰਨਾ ਵੀ ਨਹੀਂ ਪਰ ਥੋੜ੍ਹਾ ਮੋਟਾ ਠੰਡਾ ਹੋਣ ਲੱਗ ਪਊ ਮੌਸਮ ਵੱਜ ਗਏ ਨੇ ਠੀਕ ਆ ਤੇ ਐਸ਼ ਤਾਂ ਸਕੂਲੋਂ ਆ ਚੁੱਕਿਆ ਵੇਖੋ ਆ ਸਿਲੰਡਰ ਖੜਾ ਐਸ਼ ਆ ਰਿਹਾ ਤੇ ਗਾਈਸ ਤੁਹਾਨੂੰ ਨਾ ਗਾਈਸ ਤੁਹਾਨੂੰ ਮੈਂ ਸਰਪ੍ਰਾਈਜ਼ ਦੇਣਾ ਤੁਸੀਂ ਗੈਸ ਕਰੋ ਪਹਿਲਾਂ ਮੇਰੇ ਤਿੰਨ ਘੰਟਾ ਇੱਕ ਦੋ ਤਿੰਨ ਗੈਸ ਤੋਂ ਸਰਪ੍ਰਾਈਜ਼ ਹੈਗਾ ਆ ਕਿ ਬਾਬਾ ਆ ਗਿਆ ਘਰੇ ਬਸ ਬਾਬਿਆ ਗਾਈ ਤਾਂ ਬਾਬਾ ਘਰੇ ਆ ਚੁੱਕਿਆ ਬੇਬੇ ਜਾ ਰਹੀ ਠੀਕ ਹੈ ਮੰਮੀ ਤਾਂ ਉੱਥੇ ਬਨਾਨਾ ਸ਼ੇਕ ਬਣਾਈ ਜਾਂਦੀ ਹੈ ਗੈਸ ਨੇ 4 ਵਜੇ 'ਚ ਜਾਣਾ ਟਿਊਸ਼ਨ ਗਾਈ ਆ ਵੇਖ ਲਓ ਗਾਈਸ ਆ ਵੇਖੋ ਆਈ ਫਲੂ ਹੋਇਆ ਨਾ ਠੀਕ ਆ ਅਤੇ ਇਸ ਕਰਕੇ ਮੰਮੀ ਦਵਾਈ ਪਾਉਣ ਲੱਗੀ ਆ ਘੰਟੇ ਘੰਟੇ ਬਾਅਦ ਪਾਉਣੀ ਪੈਂਦੀ ਆ ਮੰਮੀ ਅਨਬੋਕਸਿੰਗ ਕਰੀ ਜਾਂਦੀ ਆ ਪਹਿਲੀ ਵਾਰੀ ਪਾਉਣ ਲੱਗਾ ਮੈਂ ਹੁਣ ਗਾਈਸ ਚੱਲ ਮੈਂ ਦੂਜੀ ਵਾਰੀ ਪਾਉਣ ਲੱਗਾ ਫਿਰ ਆ ਘੰਟਾ ਹੋ ਗਿਆ ਗਾਈਸ ਤੇ ਹੁਣ ਮੈਂ ਪਹਿਲਾਂ ਇੱਕ ਵਾਰੀ ਦਾਰੂ ਪਾਉਣ ਲੱਗਾ ਅੱਖਾਂ 'ਚ ਠੀਕ ਆ ਉਸ ਤੋਂ ਬਾਅਦ ਨਾ ਮੈਂ ਤੁਹਾਨੂੰ ਦੱਸਦਾ ਮੈਂ ਕਰਨੇ ਲੱਗਾ ਕਿ ਗਾਈਸ ਤਾਂ ਆਪਣਾ ਜਿਹੜਾ ਵੋਲੀਬਾਲ ਨੈੱਟ ਆ ਨਾ ਉਹਨੂੰ ਪੂਰੀ ਤਰ੍ਹਾਂ 100% ਉਹਨੂੰ ਵਧੀਆ ਕਰ ਦੇਣਾ ਸੋ ਚਲੋ ਚੱਲਦੇ ਹਾਂ ਸਭ ਤੋਂ ਪਹਿਲਾਂ ਕਾਲਾ ਚਸ਼ਮਾ ਚੱਕ ਲਾਂਗੇ ਚਲੋ ਚੱਲਦੇ ਹਾਂ ਗਾਈਸ ਤੇ ਆ ਵੇਖੋ ਮੈਂ ਤੁਹਾਨੂੰ ਸਵੇਰੇ ਵੀ ਦਿਖਾਇਆ ਸੀਗਾ ਐਂ ਆ ਤੇ ਹੁਣ ਨਾ ਮੈਂ ਕਈ ਫੜ ਕੇ ਟਿਕ ਲੱਗਦਾ ਸਹੀ ਤਰ੍ਹਾਂ ਕਰਨ
ਚਿਰ ਬਾਅਦ ਮੈਂ ਸਭ ਕੁਝ ਕਰਤਾ ਤਾਂ ਵੇਖੋ ਇੱਥੋਂ ਦੀ ਛੋਟੀ ਮੈਂ ਇੰਨੀ ਡੰਡੀਆਂ ਕਿਉਂਕਿ ਲੱਤ ਲੁੱਤ ਨਹੀਂ ਵੱਜਦੀ ਠੀਕ ਆ ਟੈਗ ਲੈਣ ਦੀ ਠੀਕ ਆ ਅਤੇ ਆਹ ਥੱਲੇ ਇਹਦੇ ਥੱਲੇ ਮੈਂ ਰੱਸੀ ਨਹੀਂ ਪਾਈ ਚੱਲ ਹੁਣੇ ਆ ਕੇ ਪਾ ਦੇਣਾ ਗਾਇਸ ਮੈਂ ਇੰਨਾ ਕੁਛ ਕੀਤਾ ਇਸ ਕਰਕੇ ਤੁਸੀਂ ਲਾਈਕ ਸਬਸਕ੍ਰਾਈਬ ਤਾਂ ਕਰ ਦਿਓ ਅਤੇ ਉਹ ਵੇਖੋ ਐਸ਼ ਆ ਗਿਆ ਤਿੰਨ ਤਾਂ ਰਿਐਕਸ਼ਨ ਵੀ ਲੈਣੇ ਆ ਨਾਲੇ ਚਿਪਸ ਵੀ ਲੈ ਕੇ ਆਇਆ ਹੋਊਗਾ ਅਤੇ ਗਾਇਸ ਕੜੀ ਲੈ ਕੇ ਆਇਆ ਲੇਜ਼ ਲੈ ਆਇਆ ਕੜੀ ਲੈ ਉਹ ਵੇਖ ਨੈਟ ਦਾ ਮੈਂ ਕੀ ਕੀਤਾ ਜੀ ਨਹੀਂ ਤੁਸੀਂ ਵੀ ਖਾ ਜਾਓ ਸਨੈਪ ਮਨ ਲੱਗਾ ਹਾਂ ਹਾਂ ਵੇਖੋ ਆ ਕੀ ਹੋ ਗਿਆ ਹਲੇ ਇਹਦਾ ਫੜ ਕੇ ਚੁੱਕੀ ਕੀ ਨਿਕਲ ਆਇਆ ਬੇਬੇ ਤਾਂ ਪਾਠ ਕਰੀ ਜਾਂਦੀ ਆ ਬਾਬਾ ਦਾ ਪਤਾ ਨੀ ਕੀ ਸੋਚੀ ਜਾਂਦਾ ਰੁਕੀ ਨਾ ਮਤੀ ਕੋਨੇ ਵਿੱਚ ਗੁੱਡ ਬਾਈ with the bells.